ਮੈਂ ਬੇਨਤੀ ਕਰਾਂ ਕਿ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਖਾਲਸਾ ਪੰਥ ਦੇ ਮਹਾਨ ਸ਼ਹੀਦ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਖਾਲਸਾ ਜੀ ਉਹ ਐਸੇ ਮਹਾਬਲੀ ਤਪਸਵੀ ਐਸੇ ਮਹਾਪੁਰਖ ਵੇਖੋ ਅੱਜ ਬਹੁਤ ਸੋਹਣਾ ਸਮਾਂ ਖਾਲਸਾ ਪੰਥ ਚੜ੍ਹਦੀਆਂ ਕਲਾਂ ਦੇ ਵਿੱਚ ਆਪਣੇ ਪੰਥ ਦਾ ਪ੍ਰਚਾਰ ਕਰ ਰਿਹਾ ਪਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਜਥੇਦਾਰ ਉਦੋਂ ਬਣਾਇਆ ਗਿਆ ਜਦੋਂ ਗੁਰੂ ਕੇ ਸਿੰਘ ਜੰਗਲਾਂ ਦੇ ਵਿੱਚ ਰਾਤਾਂ কাটਦੇ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਰਾਤਾਂ কাটਦੇ ਖਾਲਸਾ ਜੀ ਪ੍ਰਸ਼ਾਦਾ ਵੀ ਨਾ ਮਿਲਣਾ ਸ਼ੱਕਣ ਦੇ ਵਾਸਤੇ ਪਰ ਫਿਰ ਵੀ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸਾਂ ਕਰਦੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਨੂੰ ਜਥੇਦਾਰੀ ਦਿੱਤੀ ਗਈ। ਬਾਬਾ ਗਰਜਾ ਸਿੰਘ ਦੇ ਘਰ ਮਾਤਾ ਹਰਨਾਮ ਕੋਰ ਜੀ ਦੇ ਘਰ ਮਹਾਪੁਰਖਾਂ ਦਾ ਜਨਮ ਹੋਇਆ। ਪਰ ਜਦੋਂ ਇਹਨਾਂ ਦੀ ਇਹਨਾਂ ਨੂੰ ਜਥੇਦਾਰੀ ਦਿੱਤੀ ਗਈ, ਪੰਥ ਦੀ ਅਗਵਾਈ ਦੀ ਸੇਵਾ ਮਿਲੀ। ਕਹਿੰਦੇ ਉਸ ਵਕਤ ਪੰਥ ਬੜੇ ਨਾਜ਼ੁਕ ਹਾਲਾਤਾਂ ਤੋਂ ਚੱਲ ਰਿਹਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਚੁੱਕੇ ਸਨ। ਡੋਗਰੇ ਆਪਣੀ ਚਾਲਾਂ ਖੇਡ ਰਹੇ ਸਨ। ਅੰਗਰੇਜ਼ ਹਕੂਮਤ ਸਿੱਖ ਰਾਜ ਨੂੰ ਖਤਮ ਕਰਨ ਦੇ ਲਈ ਨਵੇਂ ਤੋਂ ਨਵੀਂ ਚਾਲ ਖੇਡ ਰਹੀ ਸੀ ਤੇ ਉਸ ਵਕਤ ਇਤਿਹਾਸ ਦੇ ਵਿੱਚ ਲਿਖਤੀ ਮਿਲਦਾ ਹੈ ਕਿ ਮਹਾਰਾਣੀ ਜਿੰਦਾ ਨੇ ਜਦੋਂ ਮਦਦ ਦੇ ਵਾਸਤੇ ਚਿੱਠੀਆਂ ਭੇਜੀਆਂ ਇੱਕ ਚਿੱਠੀ ਭੇਜੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਤੇ ਇੱਕ ਚਿੱਠੀ ਭੇਜੀ ਬਾਬਾ ਹਨੂਮਾਨ ਸਿੰਘ ਨੂੰ ਤੇ ਖਾਲਸਾ ਜੀ ਉਹਦੇ ਵਿੱਚ ਮਦਦ ਮੰਗੀ ਗਈ ਸਿੱਖ ਰਾਜ ਨੂੰ ਬਰਕਰਾਰ ਰੱਖਣ ਦੇ ਲਈ ਪਰ ਸਰਦਾਰ ਸ਼ਾਮ ਸਿੰਘ ਔਟਾਰੀ ਨੂੰ ਵੀ ਚਿੱਠੀ ਭੇਜੀ ਗਈ ਪਰ ਅੰਗਰੇਜ਼ ਹਕੂਮਤ ਦੇ ਅੱਗੇ ਖੜ੍ਹ ਨਾ ਸਕੇ ਉਸ ਵਕਤ ਸਰਦਾਰ ਸ਼ਾਮ ਸਿੰਘ ਔਟਾਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੁੱਢਾ ਦਲ ਦੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਪਾਸ ਆ ਕਰਕੇ ਇਹ ਫਰਿਆਦ ਕੀਤੀ ਖਾਲਸਾ ਜੀ ਤੁਸੀਂ ਅਕਾਲ ਪੁਰਖ ਦੀ ਫੌਜ ਹੋ ਗੁਰੂ ਕਲਗੀ ਧਰਨੇ ਤੁਹਾਨੂੰ ਅਗੰਮੀ ਬਲ ਬਖਸ਼ਿਆ ਹੈ ਜਰਾ ਇਸ ਅਗੰਮੀ ਬਲ ਦੇ ਨਾਲ ਅੰਗਰੇਜ਼ ਹਕੂਮਤ ਨੂੰ ਹਾਰ ਦੀ ਧੂੜ ਝਟਾਉਣੀ ਕਰੋ ਉਸ ਵਕਤ ਬਾਬਾ ਹਨੂਮਾਨ ਸਿੰਘ ਜੀ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਭਾਵੇਂ ਅੱਜ ਸਾਡੇ ਦੇਸ਼ ਵਿੱਚ ਇਤਿਹਾਸ ਨਹੀਂ ਪੜਾਇਆ ਜਾਂਦਾ ਮੰਗਲ ਪਾਂਡੇ ਦਾ ਇਤਿਹਾਸ ਪੜਾਇਆ ਜਾਂਦਾ ਪਰ ਇਹ ਨਹੀਂ ਦੱਸਿਆ ਜਾਂਦਾ ਕਿ ਇਸ ਭਾਰਤ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਪਹਿਲੀ ਜੰਗ ਜੇ ਕਿਸੇ ਨੇ ਅੰਗਰੇਜ਼ਾਂ ਦੇ ਨਾਲ ਲੜੀ ਤੇ ਬਾਬਾ ਹਨੂਮਾਨ ਸਿੰਘ ਜੀ ਨੇ ਲੜੀ ਉਸ ਵਕਤ ਲੜੀ ਜਦੋਂ ਸਿੰਘਾਂ ਦੇ ਕੋਲ ਕੋਈ ਬਹੁਤੇ ਵੱਡੇ ਹਥਿਆਰ ਨਹੀਂ ਕੇਵਲ ਤੇ ਕੇਵਲ ਰਵਾਇਤੀ ਸ਼ਸਤਰ ਕਿਰਪਾਨਾਂ ਬਰਸ਼ੇ ਨੇਜੇ ਇਨ੍ਹਾਂ ਹਥਿਆਰਾਂ ਦੇ ਨਾਲ ਜੰਗ ਕੀਤਾ ਪਰ ਕਹਿੰਦੇ ਉਸ ਵਕਤ ਵੀ ਆਪਣਿਆਂ ਨੇ ਗਦਾਰੀ ਕੀਤੀ ਬਾਬਾ ਹਨੂਮਾਨ ਸਿੰਘ ਜੀ ਪਟਿਆਲੇ ਦੀ ਧਰਤੀ ਤੇ ਗੁਰਦੁਆਰਾ ਆਗਮਗੜ੍ਹ ਸਾਹਿਬ ਜਿੱਥੇ ਅੱਜ ਵੀ ਮੌਜੂਦ ਹੈ ਉੱਥੇ ਸਮੁੱਚਾ ਗੁਰੂ ਕਾ ਖਾਲਸਾ ਪੰਥ ਗੁਰੂ ਕੇ ਨਿਹੰਗ ਸਿੰਘ ਗੁਰੂ ਕੀ ਸੰਗਤ ਵਾਸਤੇ ਲੰਗਰ ਤਿਆਰ ਕਰ ਰਹੇ ਸਨ ਦੇ ਡੋਗਰਿਆਂ ਦੀ ਆਪਣੇਆਂ ਦੀ ਗਦਾਰੀ ਨੇ ਅੰਗਰੇਜ਼ਾਂ ਨੂੰ ਇਹ ਸੂਹ ਦੇ ਦਿੱਤੀ ਕਿ ਉਸ ਥਾਂ ਤੇ ਖਾਲਸੇ ਨੇ ਉਤਾਰਾ ਕੀਤਾ ਅੰਗਰੇਜ਼ਾਂ ਨੇ ਲੰਗਰ ਪਕਾਉਂਦੇ ਹੋਏ ਸਿੰਘਾਂ ਦੇ ਉੱਤੇ ਲੰਗਰ ਤਿਆਰ ਕਰਦੇ ਹੋਏ ਸਿੰਘਾਂ ਦੇ ਉੱਤੇ ਹੀ ਖਾਲਸਾ ਜੀ ਹਮਲੇ ਕਰ ਦਿੱਤੇ ਗੋਲੀਆਂ ਚਲਾ ਦਿੱਤੀਆਂ ਅੱਜ ਵੀ ਭਾਵੇਂ ਕਿਸਾਨ ਵੀਰ ਬੈਠਿਓ ਸੋਸ਼ਲ ਮੀਡੀਆ ਤੇ ਵਿਖਾਰੇ ਲੰਗਰ ਵੀ ਨਹੀਂ ਪਹੁੰਚਣ ਦੇ ਰਹੇ ਉਦੋਂ ਵੀ ਲੰਗਰ ਪਕਾਉਂਦੇ ਹੋਿਆਂ ਦੇ ਉੱਤੇ ਅਤਿਆਚਾਰ ਕੀਤਾ ਪਰ ਬਾਬਾ ਹਨੂਮਾਨ ਸਿੰਘ ਜੀ ਨੇ ਉਸ ਵਕਤ 5 500 ਸਿੰਘਾਂ ਦੇ ਨਾਲ ਅੰਗਰੇਜ਼ ਹਕੂਮਤ ਦੇ ਨਾਲ ਟੱਕਰਾਂ ਕੀਤਾ ਜਿੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਹੈ ਇੱਥੇ ਖਾਲਸਾ ਜੀ ਬਾਬਾ ਹਨੂਮਾਨ ਸਿੰਘ ਜੀ ਲੜਦੇ ਲੜਦੇ ਇੱਥੇ ਤੱਕ ਆਏ ਗੋਲੀਆਂ ਸਰੀਰ ਤੇ ਵੱਜੀਆਂ ਲਹੂ ਵਗ ਰਿਆ ਗੁਰੂ ਕੇ ਸਿੰਘ ਕਹਿਣ ਲੱਗੇ ਜਥੇਦਾਰ ਜੀ ਹਕੀਮ ਸਾਧ ਲਈਏ ਆਪ ਜੀ ਜੰਗ ਦਾ ਮੈਦਾਨ ਛੱਡ ਜਾਓ ਆਰਾਮ ਕਰਨ ਦਾ ਵੇਲਾ ਹੈ ਸਿੰਘ ਸਭ ਕਹਿਣ ਲੱਗੇ ਮੈਨੂੰ ਮੇਰਾ ਕਲਗੀਆਂ ਵਾਲਾ ਆਵਾਜ਼ਾਂ ਮਾਰ ਰਿਹਾ ਮੈਨੂੰ ਸ਼ਹਾਦਤ ਦਾ ਜਾਮ ਪੀਣ ਤੋਂ ਹੁਣ ਰੋਕੋ ਨਾ ਮੈਂ ਕਲਗੀਆਂ ਵਾਲੇ ਦੀ ਗੋਦ ਵਿੱਚ ਜਾ ਬਸਣਾ ਬਾਬਾ ਹਨੂਮਾਨ ਸਿੰਘ ਜੀ ਪਟਿਆਲੇ ਦੀ ਧਰਤੀ ਤੋਂ ਖਾਲਸਾ ਜੀ ਜਿੱਥੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਮੁਹਾਲੀ ਵਿਖੇ ਉੱਥੋਂ ਤੱਕ ਲੜਦੇ ਹੋਏ ਜੰਗ ਕਰਦੇ ਹੋਏ ਜ਼ਖਮਾਂ ਦੇ ਨਾਲ ਪਹੁੰਚੇ ਅੰਗਰੇਜ਼ ਹਕੂਮਤ ਨੇ ਤੋਪ ਦਾ ਗੋਲਾ ਮਾਰਿਆ ਤੋਪ ਦਾ ਗੋਲਾ ਕੋਈ ਬੰਦਾ ਸਹਾਰ ਨਹੀਂ ਸਕਦਾ ਸਿੰਘ ਸਾਹਿਬ ਦੇ ਸਰੀਰ ਤੇ ਤੋਪ ਦਾ ਗੋਲਾ ਲੱਗਾ ਪਰ ਫਿਰ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਅੰਗਰੇਜ਼ ਹਕੂਮਤ ਨੂੰ ਧੂੜ ਚ ਟਾਉਂਦੇ ਰਹੇ ਅਖੀਰ ਜੰਗ ਕਰਦੇ ਕਰਦੇ ਸ਼ਹੀਦ ਹੋ ਗਏ ਪਰ ਮੈਂ ਬੇਨਤੀ ਕਰਾਂ ਜਿਹੜੇ ਆਪਣਾ ਆਪ ਮਾਰ ਕੇ ਗੁਰੂ ਘਰ ਦੀ ਸੇਵਾ ਕਰਦੇ ਆਪਣਾ ਆਪ ਗੁਰੂ ਘਰ ਦੀ ਸੇਵਾ ਤੋਂ ਕੁਰਬਾਨ ਕਰ ਜਾਂਦੇ ਉਹ ਕਦੇ ਮਰ ਕੇ ਵੀ ਨਹੀਂ ਮਰਦੇ